ਮੈਂ ਕਹਿੰਦਾ ਮੇਰੇ ਵੱਲੋਂ ਕਦੀ ਵੀ ਮਾਇਆ ਜਿਹੜਾ ਹੋ ਸਕਣਾ ਉਹਨਾਂ ਕੰਮ ਹੈ ਤੂੰ ਮੇਰੇ ਕੋਲ ਹੋ ਔਰ ਆਪਦਾਪ ਦੀ ਯਾਤਰਾ ਮੈਂ ਤੁਹਾਡੇ ਨੂੰ ਬੇਨਤੀ ਕਰਨਾ ਪਿੱਛੋਂ ਜਿੱਥੇ ਇਕੱਲੇ ਪੇਟ ਡਿਸਟੈਂਸ ਕੀਤਾ ਕੋਸ਼ਿਸ਼ ਜ਼ਰੂਰ ਕੀਤੀ ਹੈ ਲੇਕਿਨ ਅਗਰ ਕੋਈ ਗੌਰਮੈਂਟ ਦੀ ਪ੍ਰੋਵੀਜ਼ਨ ਹੋਵੇ ਕਿਉਂਕਿ ਮੈਂ ਆਪ ਨਾਜ਼ਮ ਰਿਹਾ ਮੈਨੂੰ ਇਸ ਗੱਲ ਦਾ 100% ਪਤਾ ਕਿ BHU RHC ਦੀ ਡਾਕਟਰ ਦੀ ਵਜ੍ਹਾ ਸਾਡੀ ਹੈ ਤੁਹਾਡਾ ਬਰਬਾਦ ਉਸਤਾਦ ਕੋਈ ਡਾਕਟਰ ਨਹੀਂ ਤੁਹਾਡੀ ਕੀ ਹਾਲਤ ਹੈ ਕਿ ਜਿੰਨੇ ਮੁਖਲਿਫ ਦੀ ਹੋਸਪਿਟਲ ਹਨ ਤੁਸੀਂ ਅਲਟਰਨੇਟ ਡਿਊਟੀ ਕਰਾਏ ਨੇ ਕਿ ਅਗਰ ਫਰਜ ਕੀਤਾ ਕੋਰਟ ਚਲਦੀ ਹੈ BHU ਬੰਦਾ ਡਾਕਟਰ ਹੈ ਤੂੰ ਕਦੀ ਬੈਠਾ ਪੈਂਦਾ ਉੱਥੇ ਆਪਣਾ ਐਸਾ ਕੀ ਆਪਣੇ ਸਿਰਫ ਕੀ BHUs ਐਂਡ ਹਰ ਯੂਨੀਵਰਸਲ ਦੇ ਹੈਡਕੁਆਟਰ ਕਦੀ ਉਹ ਕਰਸਾਲ ਪੈਂਦਾ ਕਦੀ ਬਰਵਾਲ ਪੈਂਦਾ ਕਦੀ ਉਤਰਾ ਵੀ ਪੈਂਦਾ ਇੱਕ ਡਾਕਟਰ ਹੈ ਇੱਕ ਐਮਬੂਲੈਂਸ ਜੋ ਗੱਲ ਸੜਕ ਵਾਲੀ ਕੀਤੀ ਤੈਰਕੀ 'ਚ ਅਗਰ ਨਾ ਬਣੀ ਸਜ਼ਾਵਾਰ ਅਗਰ ਉਸ ਤੋਂ ਇਲਾਵਾ ਜਿਹੜੀ ਤੁਸੀਂ ਗੱਲ ਕਰਦੇ ਹੋ ਕਿ ਨਹੀਂ ਤੁਸੀਂ ਸਾਡਾ ਕਿ ਕੋਈ ਵੀ ਇਨਸਾਨ ਦਾ ਬੱਚਾ ਜਿਹੜਾ ਕੁਝ ਗੱਲ ਆਉਂਦਾ ਉਸਨੂੰ ਅਹਿਸਾਸ ਕਿਉਂਕਿ ਸਭ ਤੋਂ ਵੱਡੀ ਗੱਲ ਕੀ ਹੈ ਚਾਹੇ ਦੁਲਕਾਰ ਸਾਹਿਬ ਹੋਣ ਚਾਹੇ ਗੁਰਦਾਰ ਅਬਾਦ ਸਾਹਿਬ ਹੋਣ ਚਾਹੇ ਕੋਈ ਵੀ ਹੋਵੇ ਆਫਤਾਬ ਆ ਅਬੂ ਆ ਗਏ ਪਰ ਨਹੀਂ ਹੈ ਇੱਥੇ ਜੈਨੂਅਨ ਗੱਲ ਹੈ ਕਿ ਜਿਹੜਾ ਬੰਦਾ ਉਹਨਾਂ ਮਰੀਜ਼ ਬਿਆਨ ਕੀਤਾ ਔਰ ਉਹ ਇਸ ਅਜ਼ਤ ਨਹੀਂ ਆਉਂਦਾ ਉਹ ਹੋਰ ਆਪਣੇ ਚੁਗਣੇ ਹਾਲਾਤ ਲੈਦਾ ਬੰਦੇ ਇਹ ਠੀਕ ਗੱਲ ਹੈ ਔਰ ਜਿੱਥੋਂ ਵੀ ਬੰਦਾ ਇਹ ਐਸੀ ਜਗ੍ਹਾ ਕਿ ਜਿੱਥੇ ਪਾਕਿਸਤਾਨ ਦੇ ਹਰ ਕੋਨੇ ਤੋਂ ਬੰਦਾ ਹੈ ਔਰ ਉਹ ਗਾਲ ਅਲਟੀਮੇਟ ਉਹ ਜਿਹੜਾ MPA MNA ਉਹਨਾਂ ਨੇ ਮੈਂ ਤੁਹਾਡੇ ਸਾਰਿਆਂ ਦੇ ਗੁਜ਼ਾਰਿਸ਼ ਕਰਦਾ ਕਿ ਇਤਨਾ ਜ਼ਰੂਰ ਵੇਖ ਕੇ ਤਾਂ ਕਰੋ ਬਿਲਕੁਲ ਬਾਈਕਾਟ ਤੁਹਾਡਾ ਹੱਕ ਹੈ ਤੁਹਾਡਾ ਜਮਹੂਰੀ ਹੱਕ ਹੈ ਲੇਕਿਨ ਇਸ ਚੀਜ਼ ਦਾ ਮੈਂ ਤੁਹਾਡੇ ਅੱਗੇ ਗੁਜ਼ਾਰਿਸ਼ ਜ਼ਰੂਰ ਕਰਦਾ ਬਾਈ ਇਹ ਵੇਖ ਕੇ ਨੋ ਅੱਗੇ ਕਈ ਕੀ ਕੀਤਾ ਜੇ ਅਗਰ ਮੈਂ ਗੱਲ ਕਰੇ ਨਾ ਪਿਆ ਤਾਂ ਮੈਂ ਇਸ ਤੋਂ ਗੱਲ ਪੇ ਕਰੇ ਨਾ ਕਿ ਮੇਰੀ ਹਿਸਟਰੀ ਹੈ ਮੈਂ ਇਹ ਗੱਲ ਪੂਰੇ ਇਤਮਾਦ ਨਾਲ ਆਖ ਸਕਦਾ ਕਿ ਅਗਰ ਮੈਂ ਅੱਗੇ ਕੋਈ ਵਾਅਦਾ ਕੀਤਾ ਤਾਂ ਮੈਂ ਵਾਅਦਾ ਕੋਈ ਅੱਜ ਤੱਕ ਵਾਅਦਾ ਖਿਲਾਫੀ ਕੋਈ ਨਹੀਂ ਕੀਤੀ ਭਾਵੇਂ ਜਿੱਥੋਂ ਵੀ ਮੈਂ ਨਾੜਨਾ ਪਿਆ ਕੱਢ ਕੇ ਭਾਵੇਂ ਮੈਨੂੰ ਸਰਦਾਰ ਅਬਾਸ ਨਾਲ ਝਗੜਾ ਕਰਨਾ ਪਿਆ ਖੁੰਡੇ ਵਾਲੀਆਂ ਡੋਕਨ ਬਿਜਲੀ ਵਾਈ ਦੇ ਗਈ ਮੈਂ ਅਸਤੀਫਾ ਦੇ ਛੋੜੇ ਪਤਾ ਨਹੀਂ ਸਾਨੂੰ ਵੀ ਅਗਰ ਯਾਦ ਹੈ ਕਿ ਨਹੀਂ ਮੈਂ ਅਸੈਂਬਲੀ 'ਚ ਵੀ ਦਿਲ ਕੌਸਲੀ 'ਚ ਅਸਤੀਫਾ ਦੇ ਛੋੜੇ ਮੈਂ ਕਿ ਜੀ ਮੈਂ ਕਮਿਟਮੈਂਟ ਕੀਤੀ ਗਈ ਇਲੈਕਸ਼ਨ ਵਿੱਚ ਅਜੈਦ ਸਾਹਿਬ ਅੱਲਾ ਉਹਨਾਂ ਨੂੰ ਜ਼ਰੀਕਰ ਅਹਿਮਦ ਕਰੇ ਉਹਨਾਂ ਕਿ ਨਹੀਂ ਇਦੋਂ ਲੱਗੀ ਵਜੇ ਮੈਂ ਕਿ ਜਿੱਥੋਂ ਮੈਂ ਪਿਆ ਤਾਂ ਮਲਕਾਂ ਲਈ ਡੋਕਾਂ ਦੇ ਤੁਹਾਨੂੰ ਪਾਰੀਆਂ ਕਹਿੰਦੇ ਮੈਂ ਕਿ ਜੀ ਮੈਂ ਹਰ ਸੂਰਤ ਮੈਂ ਸਾਨੂੰ ਪੂਰੇ ਇਤਮਾਦ ਨਾਲ ਪੈਦਾ ਮਿਲ ਜਾਂ ਤੁਸੀਂ ਆਪਣਾ ਮਿਹਰਬਾਨੀ ਕਰੋ ਬਾਈਕਾਟ ਖਤਮ ਕਰੋ ਇਹ ਸਾਰੇ ਘਰ ਦੇ ਅਪਰਾਧ ਆ ਤੁਸੀਂ ਜਲਦੀ ਸ਼ਮੂਲੀਅਤ ਤਿਆਰ ਕਰੋ ਇਨ ਸ਼ਾ ਅੱਲਾ ਇੱਧਰ ਤਾਂ ਮੈਂ ਵਾਅਦਾ ਕਰਦਾ ਡਿਸਪੈਂਸਰੀ ਵਾਲਾ ਮੇਰਾ ਵਾਅਦਾ ਕੋਈ ਨਹੀਂ ਹੁਣ ਸੂਰਤ ਹਾਲ ਸਾਡੀ ਜਿਹੜੀ ਬਣੀ ਹੋਈ ਮੋਬਾਈਲ ਕਾਰਡ ਦੀ ਅਸੀਂ ਬੇਸਿਕਲੀ ਜਿੱਥੇ ਜਲਸਾ ਕੋਈ ਨਹੀਂ ਹੋ ਰਿਹਾ ਹੈ ਅਸੀਂ ਚੰਦ ਬੰਦਿਆਂ ਦੇ ਮੇਨ ਬੰਦੇ ਹਨ ਅਸੀਂ ਉਹਨਾਂ ਦੱਸਿਆ ਵੀ ਅਸੀਂ ਮੁਜ਼ਾਹਰਾਤ ਕਰਦੇ ਮੁਜ਼ਾਹਰਾਤ ਕੀ ਕੰਡੀਸ਼ਨ ਹੈ ਸੜਕ 'ਤੇ ਹਸਪਤਾਲ ਅਗਰ ਇੱਕ ਚੀਜ਼ ਐਪਲੀਕੇਬਲ ਨਹੀਂ ਉਹ ਇੱਕ ਲਹਿਦਾ ਗੱਲ ਹੈ ਲੇਕਿਨ ਸਾਡਾ ਮੁਤਾਲਬਾ ਜ਼ਰੂਰ ਹੈ ਅਸੀਂ ਤਾਂ ਮੁਤਾਲਬੇ ਹਾਂ ਆਪਣਾ ਹੱਕ ਸਮਝਣੇ ਹਾਂ ਤਾਂ ਚੱਲਦਾ ਹੈ ਸਾਹਮਣੇ ਹੱਥਾਂ ਦਾ ਦੂਜੀ ਗੱਲ ਇਹ ਕਿ ਸਾਡੇ ਬਾਈਕਾਟ ਗਰੁੱਪ ਵਿੱਚ ਖਾਲੀ ਮਤਲਬ ਇਹ ਨਹੀਂ ਕਿ ਇੱਕ ਗਰੁੱਪ ਹੈ ਜਿਸ ਬੰਦੇ ਅਸਾਂ ਇਹ ਕੀਤੀ ਗਏ ਬਾਕੀ ਇਹ ਜਿਹੜੇ ਅਸੀਂ ਹੁਣ ਤੱਕ ਕਰਨੇ ਆਏ ਨਾ ਸਰ ਅਸੀਂ ਯਕੀਨ ਕਰੋ ਮੈਂ ਤੁਹਾਡਾ ਮਾਦਰਤ ਨਾਲ ਹੀ ਅਲਫ ਇਸਤੇਮਾਲ ਕੇ ਅਸੀਂ ਜਿਹੜੇ ਗਰਾਂ ਦੇ ਫਰੰਟ ਲੈਣ ਬੰਦੇ ਹਨ ਉਹਨਾਂ ਨੂੰ ਆਖਣੇ ਦੇ ਅਸੀਂ ਵੋਟ ਦੇਣੇ ਅਸਾਂ ਈਵਨ ਕਿ ਤੁਸੀਂ ਲੋਕ ਆਏ ਵੀ ਆਈ ਉਹਨਾਂ ਤੁਸਾਂ ਤਾਂ ਆਪਣੀ ਜਾਂ ਇੱਜ਼ਤ ਦਿੱਤੀ ਲੇਕਿਨ ਫਰੰਟ ਲਾਈਨ ਬੰਦੇ ਦੇ ਰਹੇ ਹਾਂ ਉਹਨੂੰ ਗਏ ਨਵਾਜ਼ ਕੋਈ ਪਤਾ ਨਹੀਂ ਕੀ ਮਾਮਲਾਤ ਉਹਨਾਂ ਚੀਜ਼ਾਂ ਉਹ ਗਰੁੱਪ ਨਹੀਂ ਗੱਲ ਕਰ ਰਿਹਾ ਮੈਂ ਮਾਦਰੇ ਮੈਂ ਤੁਹਾਡੇ ਗਰੁੱਪ ਨਹੀਂ ਨਾ ਗੱਲ ਕਰ ਰਿਹਾ ਉਹ ਗਰੁੱਪ ਨਹੀਂ ਗੱਲ ਕਰ ਰਿਹਾ ਇੰਤਹਾਈ ਹੀ ਸੁਤੇਲਾ ਕਿਸਮ ਨੇ ਜਿਹੜੇ ਸੁਤੇਲਾ ਵੋਟਰ ਹੋਣਾ ਨਾ ਸਾਡੇ ਨਾਲ ਸੁਤੇਲੇ ਵੋਟਰ ਨਾਲ ਹਿਸਾਬ ਹੋ ਰਿਹਾ ਸਗੇ ਵੋਟਰ ਨਾਲ ਹਿਸਾਬ ਨਹੀਂ ਹੋ ਰਿਹਾ ਸਾਡੇ ਪੂਰੇ ਗ੍ਰਾਂ ਦੀ ਹਾਲਤ ਹੈ ਇਹ ਤਾਂ ਹੁਣ ਚਲੋ ਕੋਈ ਸੰਗੀਨ ਸਾਡੇ ਜਿਹੜੇ ਕਿ ਤੁਹਾਡੇ ਤੋਂ ਫਰੰਟ ਲਾਈਨ ਮਜ਼ਦੂਰ ਹਨ
ਹੁਣ ਸਾਡੇ ਨਾਲ ਕੱਲ੍ਹ ਇਹ ਅੱਜ ਹੁਣ ਜਲਸੇ ਦੀ ਖੁਸ਼ੀ ਵਿੱਚ ਉੱਥੇ ਮਾਈ ਰਹਿਣ ਅਤੇ ਰਲੇ ਰਹਿਣ ਅਤੇ ਜੋ ਵੀ ਹਿਸਾਬ ਅੱਛੀ ਗੱਲ ਦੇਵਨ ਸਰ ਜਿਹੜਾ ਬਾਈਕਾਟ ਗਰੁੱਪ ਇਹਨਾਂ ਪਤਾਲੀਆਂ ਦਾ ਇਸ ਵਿੱਚ ਗਰੰਟੀ ਨਾਲ ਮੈਂ ਤੁਹਾਨੂੰ ਦੱਸਿਆ ਨਾ ਮੈਂ ਇਨਸ਼ਾਅੱਲਾ ਆਪਣਾ ਗਰੁੱਪ ਵੱਖਰੀ ਰੱਖੇ ਸਾਂ ਅਤੇ ਤੁਹਾਨੂੰ ਸ਼ੋਅ ਵੀ ਕਰਾ ਦੇ ਸਾਂ ਕਿ ਕਿੰਨੇ ਵੋਟ ਹੈ ਜਾਂ ਕੀ ਹਿਸਾਬ ਹੈ ਸਰਦਾਰ ਸਾਹਿਬ ਆਪਣੇ ਜਿਹੜੇ ਇਲੈਕਟਰ ਬੰਦੀ ਹੈ ਜਾਂ ਉਹਨਾਂ ਇੱਕੀ ਨੂੰ ਗਰੰਟੀ ਦਿਓ ਤਾਂ ਸਾਰਿਆਂ ਨਾਲ ਆਉਣ ਕੇ ਦੋ ਬੰਦੇ ਇੱਕ ਤੁਸੀਂ ਤਾਂ ਸਾਂ ਮੇਰੇ ਕਾਬਲੇ ਕਬੂਲ ਹੋ ਜਾਣੀ ਐਮ ਐਨ ਏ ਦੀ ਵੀ ਤੁਸੀਂ ਅਗਰ ਚਾਹੁੰਦੇ ਹੋ ਸਾਰਿਆਂ ਨਾਲ ਇੱਥੇ ਥੋੜ੍ਹਾ ਤੁਸੀਂ ਇੱਕ ਮਿੰਟ ਗੱਲ ਦੱਸੋ ਕਲੀਅਰ ਕਰ ਰਹੇ ਹਾਂ ਤੁਸੀਂ ਗੁਫ਼ਤਗੂ ਕਿ ਕਰਦੇ ਹੋ ਭਾਈ ਜਾਨ ਮੈਂ ਕੀ ਤੁਹਾਡੇ ਘਰ ਜੀ ਵੇਖੋ ਇਸੇ ਜ਼ਬਾਨ ਦਾ ਪਤਾ ਦੀ ਬਹਿਣ ਦਾ ਰਿਸ਼ਤਾ ਸਰ ਬਿਲਕੁਲ ਇਹ ਇੱਕ ਚੀਜ਼ ਮੈਂ ਤੁਹਾਡੇ ਗਰਜ਼ ਕਰਦੇ ਹਾਂ ਮੈਂ ਲਾ 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 ਮੁਹੰਮਦ ਰਸੂਲ ਮੈਨੂੰ ਕਸਮ ਨਹੀਂ ਸ਼ਾਮਿਲ ਕੀਤੀ ਕਿਉਂਕਿ ਕੰਮ ਕੋਈ ਬੜਾ ਜਿੱਤ ਵੀ ਵੇਖੀ ਆ ਹਾਰ ਵੀ ਵੇਖੀ ਹੈ ਅੱਜ ਸਾਡਾ ਇਲੈਕਸ਼ਨ ਜਿੱਤੇ ਹੋਏ ਆ ਚਕਵਾਲ ਸਾਡੇ ਕਾਗਜ਼ ਰਿਜੈਕਟ ਹੋ ਗਏ ਨਾ ਸਾਡੇ ਕੋਲ ਹੱਥ ਵਿੱਚੋਂ ਕੰਮ ਨਿਕਲ ਗਏ ਇਹਨਾਂ ਚੀਜ਼ਾਂ ਨਾਲ ਕੋਈ ਫਰਕ ਪਾਉਂਦਾ ਨਾ ਸੋੜ ਕਮਾਉਣਾ ਇੱਕ ਚੀਜ਼ ਹੁੰਦੀ ਹੈ ਨਾ ਕਿ ਕੁਝ ਬੰਦੇ ਹੁੰਦੇ ਨੇ ਜਿਹਨਾਂ ਚੰਦ ਦਿਨਾਂ ਵਾਸਤੇ ਇਹ ਕੰਮ ਕਰਦੇ ਮੌਕਾ ਲੱਗਾ ਦਾ ਲਾਇਆ ਲਾਇਆ ਗਾਇਬ ਹੋ ਭਾਈ ਜਾਨ ਅਸਾਂ ਇੱਥੇ ਹੀ ਰਹਿਣਾ ਮੋਇਓ ਤਾਂ ਕਬਰ ਵੀ ਠੀਕ ਕਰਿਓ ਕਦੋਂ ਬਾਹਰ ਦੇ ਅਸੀਂ ਨਾ ਭਾਈ ਜਾਨ ਮੈਂ ਜੋ ਸੁਣਨਾ ਮੈਂ ਤੁਹਾਨੂੰ ਹਲਫਨ ਕਰ ਦੱਸਦਾ ਕਿ ਮੈਂ ਜੋ ਸੁਣਨਾ ਗਲਤ ਕਰਨਾ ਆਪਣੇ ਤੌਰ 'ਤੇ ਤੁਸੀਂ ਭੇਜੋ ਕੈਂਡੀਡੇਟ ਅਫਤਾਬ ਹਾਂ ਜੀ ਕੋਈ ਮੈਂ ਕਿਸੇ ਤੁਹਾਡਾ ਕੀ ਖਿਆਲ ਹੈ ਕਿ ਇਤਨਾ ਮੈਂ ਬੇਇਖਤਿਆਰ ਹਾਂ ਬਸ ਮੈਨੂੰ ਜ਼ਲਾਲਤ ਕੱਟਣ ਦੀ ਲੋੜ ਕਿਹੜੀ ਹੈ ਇਹ ਤਾਂ ਆਉਣ ਦੀ ਇੱਕ ਮਿੰਟ ਮੈਂ ਕਦੀ ਤੁਹਾਨੂੰ ਆਪਣੀ ਕੰਡੀਸ਼ਨ ਦਿਖਾਈ ਨਾ ਜਿਸ ਹਾਲਤ 'ਚ ਮੈਂ ਆਉਂਦਾ ਮੈਂ ਇਮਾਨਦਾਰੀ ਨਾਲ ਤੁਹਾਨੂੰ ਦੱਸਦਾ ਕਿ ਉਸਦੀ ਕੀ ਹੈ ਕਿ ਉਹ ਮੈਂ ਵਿਆਹ ਆ ਪਰਵੇਜ਼ ਇਲਾਹੀ ਤੁਸੀਂ ਗੱਲ ਵੀ ਕਰਨੀ ਹੋ ਭਾਈ ਜਾਨ ਮੈਂ ਇੱਕ ਤੁਹਾਡੇ ਜੇ ਗੁਜ਼ਾਰਿਸ਼ ਕਰ ਰਿਹਾ ਪਰਵੇਜ਼ ਇਲਾਹੀ ਇਮਰਾਨ ਖਾਨ ਦਾ ਨੁਮਾਇੰਦਾ ਇਮਰਾਨ ਖਾਨ ਨਾਲ ਸੀਟ ਐਡਜਸਟ ਕਰਕੇ ਆ ਗਿਆ ਜੇ ਅਗਰ ਕੋਈ ਸਵੰਦ ਇਲੈਕਸ਼ਨ ਤੋਂ ਪਹਿਲੇ ਮੈਂ ਇਹ ਵੀ ਚੀਜ਼ ਚਲੋ ਤੁਸੀਂ ਸਾਡੇ ਵਿਆਹ ਹੋ ਤੁਸੀਂ ਵੀ ਸਾਡੇ ਨਾਲ ਆਓ ਇਹ ਸਾਡੇ ਨਾਲ ਹੈ ਇਹ ਸਾਡੇ ਨਾਲ ਹੈ ਇਹ ਸਾਰੀ ਟੀਮ ਹੈ ਸਾਡੇ ਨਾਲ ਕਿਹੜਾ ਇਹਨਾਂ ਦੇ ਚੋਂ ਕੋਈ ਇੱਕ ਅੱਧ ਦੋ ਘਰ ਹੋ ਸਨ ਨਾ ਜਿਹੜੇ ਤੁਹਾਡੇ ਨਾਲ ਦੂਈ ਟੀਮ ਰਲੀ ਵੀ ਹੋਤੀ ਇੱਕ ਚੀਜ਼ ਮੈਂ ਸਾਨੂੰ ਨੁਕਸਾਨ ਹੋ ਸੀ ਨਾ ਮੈਂ ਆਖਦਾ ਜਿਹੜਾ ਬੰਦਾ ਇਹਨਾਂ ਪੰਜ ਦਿਹਾੜਿਆਂ ਵਿੱਚ ਸਵਨ ਚੈੱਕ ਲਿਖ ਕੇ ਦੇ